सत्संगती तांदरंग जम्मन वाले इतने ही ठहर जाओ हूं मैं
ਹੁਣ ਮੈਂ ਮੇਜੇ ਦੇ ਨਾਲ ਜਮਾਣ ਲੱਗਾ ਹੁਣ ਮੈਂ ਮੇਜੇ ਦੇ ਨਾਲ ਜਮਾਣ ਲੱਗਾ ਔਰ ਜੰਮਣ ਜੰਮਣ ਦੇ ਵਿੱਚ ਪਰ ਫਰਕ ਹੁੰਦਾ ਹੈ ਵੀ ਗੱਲ ਤੁਹਾਨੂੰ ਸਮਝਾਉਣ ਲੱਗਾ ਔਰ ਗਿਆਨ ਬਿਨਾ ਜੋ ਜੰਮੇ ਔਰ ਨਹੀਂ ਜੰਮੇ ਮੁੜ ਕੇ ਉਹਨਾਂ ਨੂੰ ਫੇਰ ਜਮਾਣ ਲੱਗਾ ਇੱਕ ਆਖੀ ਦੇ ਜਿਸੇ ਬਹੁਤ ਬੜੀ ਇਮਾਰਤ ਬਣਾਉਣੀ ਹੁੰਦੀ ਹੈ ਤੇ ਛੋਟੇ ਸੇ ਕਾਗਜ਼ ਤੇ ਛੋਟਾ ਸਾ ਨਕਸ਼ਾ ਬਣਾਦਾ ਹੈ ਠੀਕ ਉਸੇ ਪ੍ਰਕਾਰ ਹਮਾਰੇ ਇਸ ਆਰਤੀ ਦੇਖਨੇ ਅੱਜ ਹਮ ਇੱਕ ਨਕਸ਼ਾ ਬਣਾ ਕੇ ਦਿਖਾਏ ਭੂਮੀ ਕੇ ਛੋਟੇ ਸੇ ਟੁਕੜੇ ਪਰ ਔਰ ਬਤਾਨਾ ਚਾਹਤਾ ਹੈ ਕਿ ਇਸਨੇ ਇੱਕ ਐਸੀ ਮਹਾਨ ਇਮਾਰਤ ਖੜੀ ਕਰਨੀ ਹੈ ਜੋ ਸੰਪੂਰਨ ਪ੍ਰਿਥਵੀ ਪਰ ਫੈਲੀ ਹੋਗੀ ਔਰ ਜਿਸ ਪੇ ਸ਼ਰਧਾ ਔਰ ਪ੍ਰੇਮ ਦੀ ਨੀਂਹ ਪੜੀ ਹੋਗੀ ਨਿਰੰਕਾਰੀ ਸਕੂਲ ਔਰ ਕਾਲਜ ਹੋਤੀ ਜਹਾਂ ਪੜ੍ਹਾਈ ਔਰ ਸ਼ਹਿਰ ਸ਼ਹਿਰ ਮੇ ਫ੍ਰੀ ਡਿਸਪੈਂਸਰੀ ਮਿਲਤੀ ਜਹਾਂ ਦਵਾਈ ਇੱਕ ਪੈਸਾ ਨਾ ਜਾਇਆ ਜਾਏ ਲਾਖੋਂ ਹੈ ਭਵਨ ਬਣਾਏ ਇੱਕ ਪੈਸਾ ਨਾ ਜਾਇਆ ਜਾਏ ਲਾਖੋਂ ਹੈ ਭਵਨ ਬਣਾਏ ਹਮਾਰੇ ਬਾਬਾ ਨੇ ਹਮਾਰੇ ਬਾਬਾ ਨੇ ਹਮਾਰੇ ਬਾਬਾ ਨੇ ਹਮਾਰੇ ਬਾਬਾ ਨੇ ਵਾਲੇ ਕਹਤੇ ਵਾਲੇ ਕਹਤੇ ਯਹਾਂ ਛੂਤੇ ਸਭ ਕੇ ਪੈਰੋਂ ਕੋ ਯਹਾਂ ਛੂਤੇ ਸਭ ਕੇ ਪੈਰੋਂ ਕੋ ਕਈ ਕਹਤੇ ਸੇਵਕ ਔਰਤੇ ਵੀ ਹਾਂ ਔਰਤੇ ਵੀ ਕਰੀਦੀ ਹੈ ਸਜਦਾ ਗੈਰੋਂ ਕੋ ਕਰੀਦੀ ਹੈ ਸਜਦਾ ਨਹੀਂ ਹੋਤੇ ਜਿਸਮ ਕੋ ਸਜਦੇ ਨਹੀਂ ਹੋਤੇ ਬ੍ਰਹਮ ਗਿਆਨ ਕੋ ਪੂਜਾ ਜਾਤਾ ਹੈ ਬ੍ਰਹਮ ਗਿਆਨ ਕੋ ਪੂਜਾ ਜਾਤਾ ਹੈ ਖਾਲੀ ਨਾਮ ਕੁਛ ਨਹੀਂ ਕਰੇਗਾ ਤੁਹਾਡਾ ਨਾਮ ਕਿਆ ਹੈ ਸ਼ੇਰ ਸਿੰਘ ਖੜੇ ਕਿਉਂ ਹੋ ਕਹਤਾ ਅਗੇ ਕੁੱਤਾ ਬੈਠਾ ਹੈ ਨਾਮ ਕੁਛ ਨਹੀਂ ਕਰੇਗਾ ਨਾਮ ਕੁਛ ਨਹੀਂ ਕਰੇਗਾ ਸ਼ਕਲ ਕੁਛ ਨਹੀਂ ਕਰੇਗੀ ਜਦ ਤੱਕ ਪ੍ਰਭੂ ਕਾ ਗਿਆਨ ਨਹੀਂ ਹੋਗਾ ਇਹ ਜੋ ਬਾਹਰ ਦਾ ਲਿਬਾਸ ਹੈ ਇਹ ਕੁਛ ਨਹੀਂ ਕਰੇਗਾ ਚਾਰ ਮਿਲੇ 64 ਖਿਲੇ 20 ਮਿਲੇ ਕਰ ਜੋੜ ਹਰ ਜਨ ਕੋ ਹਰ ਜਨ ਮਿਲੇ ਫੂਲੇ ਸਾਫ ਮਹਾਪੁਰਸ਼ ਕੋ ਮਹਾਤਮਾ ਮਿਲਾ ਤੋ ਫੂਲੇ 7 ਕਰੋੜ ਰੋਮ ਫੂਲ ਰਹੇ ਪ੍ਰੀਏ ਰਾਜਮਾ ਜਿਸਨੇ ਜੰਮੇ ਨੇ ਪੰਜ ਲਾਲ ਪਰ ਪੁਕਾਰ ਵੀ ਰੱਜ ਕੇ ਕਰ ਰਹੀ ਬੱਚਿਆਂ ਦੀ ਵੀ ਕਰੇ ਸੰਭਾਲ ਇਹਨਾਂ ਕੋਲ ਨਹੀਂ ਟਿੱਕੇ ਬੈਠੀ ਕਦੀ ਅਮਰੀਕਾ ਕਦੀ ਭੋਪਾਲ ਤੇ ਐਸੀ ਪਿਆਰ ਦਿੱਤੀ ਭਗਤ ਦੀ ਚੱਲ ਕੇ ਦੱਸੀ ਚਾਲ ਸੰਗਤ ਦਾ ਸਨਮਾਨ ਸਿਖਾਇਆ ਸੇਵਾ ਦਾ ਏ ਤਣਿਆ ਜਾਲ ਗੁਰਮਤ ਖਾਵਣ ਗੁਰਮਤ ਪੀਵਣ ਗੁਰਮਤ ਵਸੀ ਵਿੱਚ ਖਿਆਲ ਭਗਤ ਵੀ ਪੂਰੇ ਦਾਤੇ ਵੀ ਨੇ ਸ਼ੂਰ ਵੀ ਰੇ ਬਾਲ ਗੋਪਾਲ ਇਹ ਪੀਰ ਕਬੀਰ ਇਹ ਦਰਵੇਸ਼ ਇਹ ਕੋ ਬਰਨ ਹਸਤੀ ਹੈ ਜਿਸ ਸਾਰੀ ਦੁਨੀਆ ਕੋ ਤੈਰਨਾ ਸਿਖਾ ਰਹੇ ਹੈ ਇਸੀ ਕੇ ਤੈਰ ਵਿੱਚ ਆਪ ਪਾਰ ਨੂੰ ਇਹ ਬਰਨਾ ਚਾਹਤੇ ਹੈ ਪਰ ਆਪ ਨੇ ਦੇਖਿਆ ਹੈ ਬੜੇ ਬੜੇ ਅਵਤਾਰ ਜਬ ਸੂਲੀ ਪਰ ਟਾਂਗੇ ਗਏ ਹੈ ਤੋ ਸਾਧਕ ਨੇ ਉਹਨੇ ਕੀ ਕਹਾ ਹੈ ਆਪ ਆਪਕੋ ਯਾਦ ਹੋਗਾ ਸੂਲੀ ਚੜ ਮਨਸੂਰ ਪੁਕਾਰੇ ਨਜ਼ਾਰੇ ਵੀ ਲੋਕ ਪੱਥਰ ਮਾਰ ਰਹੇ ਥੇ ਉਨਕਾ ਲਹੂ ਬਹਿ ਰਹਾ ਥਾ ਲੇਕਿਨ ਉਨਕੋ ਐਸਾ ਪ੍ਰੇਮ ਆ ਰਹਾ ਥਾ ਉਨ ਲੋਕੋ ਕੋ ਦੇਖ ਕਰ ਔਰ ਇਸੀ ਪ੍ਰਕਾਰ ਸਾਧ ਸੰਗਤ ਜਬ ਸਲੀਮ ਪਰ ਚੜ੍ਹਾ ਕਰ ਦੋਨੋ ਹਾਥੋਂ ਨੇ ਕੀਲ ਗਾੜ ਕੀਲੇ ਗਾੜ ਦੀਏ ਗਏ ਤੋ ਉਹ ਕਹਤਾ ਹੈ ਖੁਦਾ ਇਨਕੋ ਮਾਫ ਕਰ ਦੇਣਾ ਮਜ਼ਹਬ ਦੀ ਤੇ ਨਾ ਧਰਮ ਦੀ ਭੰਗ ਹੈ
मेरा मिशन इस जिंदगी दे जीणदायक ढंग है। प्यार ही दे वास्ते घड़िया इस इंसान नु, हां प्यार ही दे वास्ते घड़िया इस इंसान नु, स्वैर नफरत ईर्ष्या दी पी रही पांगे। क्या बात है जी, सत्संग जी, आज ये थोड़े सामने जो कवि दरबार हो रहा है, जो दातरा मिसरा है, फिरका परस्ती तंग नगरी नाल साड़ी जंग है, तो फिरका परस्ती और तंग नगरी जो अज साडे देश में खा रही है, इसका देश का कल्याण इसे रखी है, ऐसी तंग नगरियाँ साढ़े को खत्म हो, असी सिर्फ अपने परिवार वास्ते निजी स्वार्थ वास्ते ना सोचिए, बल्कि सारे देश वास्ते सोचिए, सारी कौम वास्ते सोचिए। इस तरह सब का वास्ता जबो बस नाम बाबा का, अगर मुक्ति की ख्वाहिश है सुनो पैगाम बाबा का। कोई चांद पर थूके वो देता रोशनी है, कोई चांद पर थूके वो देता रोशनी है। के मारा किसी ने पत्थर उठाकर, के मारा किसी ने पत्थर उठाकर, लगा बेरी को वो पैरों पे जाकर, मगर बदले में बेरी ने काली नहीं दी, दिए फिर भी बेरी पत्थर को खाकर। कोई चांद पर थूके वो देता रोशनी, डगमगा न जाए न जाए, पागल हालात से डगमगा न जाए, सेवक तो तेरी बदरदा मांगते हैं, सेवक तो तेरी बदरदा मांगते हैं, तेरे दर से बाबा ये दुआ मांगते हैं, तेरे दर से बाबा ये दुआ मांगते हैं, तेरे दर से बाबा ये दुआ मांगते हैं, तेरे दर से बाबा ये दुआ, तेरे दर से बाबा ये दुआ मांगते हैं, कि सारे जहां का भला मांगते हैं, सारे जहां का भला मांगते हैं। जिन्होंने कुछ नहीं मंगिया उन्होंने कुछ मिलिया है, जिन्होंने मंगिया सब कुछ उन्होंने सब कुछ ही पाया है। नारी राज माता गुरबचन अवतार की जय। प्रधानमंत्री अपने चेयरमैन महोदय जी से प्रार्थना कर रहे हैं कि वो हम सब की ओर से पूज्य से साधना करें। Thank you.
ਪ੍ਰਭੂ ਪਛਾਣ ਲਿਆ ਬਈ ਨਿਰਾ ਨਫਾ ਨਹੀਂ ਟੋਟਾ ਤੈ ਜਿਸਨੇ ਪ੍ਰਭੂ ਪਛਾਣ ਲਿਆ ਬਈ ਨਿਰਾ ਨਫਾ ਨਹੀਂ ਟੋਟਾ ਤੈ ਸੱਚੇ ਪਾਤਸ਼ਾਹ ਕੇ ਚਰਨਾਂ ਮੇਂ ਇਹ ਹੱਥ ਜੋੜ ਕੇ ਅਰਦਾਸ ਕਰਨੀ ਹੈ ਔਰ ਸਭ ਮਾਂਗ ਇਹਦੇ ਸੇ ਹੀ ਮੰਗਣੀ ਹੈ ਸਾਧ ਸੰਗਤ ਕਿਸੇ ਸੇ ਮੰਗੇ ਸੇ ਨਹੀਂ ਮਿਲੇਗਾ ਇਹ ਸੱਚੇ ਪਾਤਸ਼ਾਹ ਸਭ ਕੁਛ ਕਰ ਸਕਦਾ ਹੈ ਆਓ ਆਪ ਸਭ ਰਾਜ ਰਲ ਕਰ ਮੇਰੇ ਸਾਥ ਮਿਲ ਕਰ ਆਏ ਸੱਚੇ ਪਾਤਸ਼ਾਹ ਸੇ ਅਰਦਾਸ ਕਰੇ ਔਰ ਜੋ ਕੁਛ ਮੰਗਣਾ ਇਧਰ ਸੇ ਮੰਗ ਲੈ ਜਬ ਬਾਬਾ ਅਵਤਾਰ ਸਿੰਘ ਜੀ ਯਹਾਂ ਮੌਜੂਦ ਹੋਤੇ ਥੇ ਯਹਾਂ ਪਰ ਹਮ ਜਬ ਬੋਲਤੇ ਥੇ ਯਹੀ ਕਹਿਤੇ ਥੇ ਬਾਬਾ ਅਵਤਾਰ ਸਿੰਘ ਕੀ ਜੈ ਸਤਿਗੁਰੂ ਬਾਬਾ ਅਵਤਾਰ ਸਿੰਘ ਕੀ ਜੈ ਔਰ ਆਜ ਉਸੀ ਸਟੇਜ ਤੇ ਖੜੇ ਹੈ ਵਹੀ ਲੋਕ ਬੈਠੇ ਹੈ ਆਜ ਹਮ ਕਹਿਤੇ ਹੈ ਸਤਿਗੁਰੂ ਬਾਬਾ ਗੁਰਬਚਨ ਸਿੰਘ ਕੀ ਜੈ आज यहाँ पर जो भी बहन भाई इस समागम पर उपस्थित हुए हैं उनकी प्यार उनकी श्रद्धा उनकी भावना को देखकर हृदय प्रसन्न हो रहा है और ऐसा जान पड़ता है कि अब अवश्य अभी संसार में ऐसे भक्तों का संतों का योग आ रहा है ये भावना इस बात से दिखाई दे रही है जो आपके अंदर ये अतुट प्यार है इसको कोई जबान बखान नहीं कर सकती कोई भी और हमारे शरीर का अंग इसको पूरा तौर पर इसकी जो मासूसियत भक्तों के अंदर या मेरे हृदय में हुई उसका कोई अंति नहीं और कोई अंग मेरा उसका कोई ऐसा प्रदर्शन नहीं कर सकता कि ये कितनी महानता आप सब महापुरुषों भक्तों में है।